ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪ੍ਰਧਾਨ ਅਕਾਲ ਜੋਤ ਸੰਸਥਾ, ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ, ਵਾਹਿਗੁਰੂ ਜੀ,
ਕਾਰਜ ਵਾਲੀ ਨੀ ਰੱਖੀ ਜਾਵੇਗੀ ਜਦੋਂ ਫੌਜ ਦਰਬਾਰ ਸਾਹਿਬ ਆਵੇਗੀ ਸਿੱਖ ਰਾਜ ਵਾਲੀ ਨੀ ਰੱਖੀ ਜਾਵੇਗੀ ਜਦੋਂ ਫੌਜ ਦਰਬਾਰ ਸਾਹਿਬ ਆਵੇਗੀ ਸਿੱਖ ਰਾਜ ਵਾਲੀ ਨੀ ਰੱਖੀ ਜਾਵੇਗੀ ਜਦੋਂ ਫੌਜ ਦਰਬਾਰ ਸਾਹਿਬ ਆਵੇਗੀ ਸਿੱਖ ਰਾਜ ਵਾਲੀ ਨੀ ਰੱਖੀ ਜਾਵੇਗੀ ਮਰਦ ਸੂਰਮੇ ਨੇ ਅਮਰਦ ਸੂਰਮੇ ਨੇ ਨੂਰ ਜੀ ਸੁਣ ਕੇ ਸੰਤ ਜਰਨੈਲ ਸਿੰਘ ਨੇ ਖੁਦੀ ਕੌਮ ਨੂੰ ਹਲੂਣ ਕੇ ਜਗਾਇਆ ਸੰਤ ਜਰਨੈਲ ਸਿੰਘ ਨੇ ਖੁਦੀ ਕੌਮ ਨੂੰ ਹਲੂਣ ਕੇ ਜਗਾ ਜੀ ਸੰਤ ਜਰਨੈਲ ਸਿੰਘ ਨੇ ਹੋ ਜੀ ਸੰਤ ਜਰਨੈਲ ਸਿੰਘ ਨੇ ਹੋ ਜੀ ਸੰਤ ਜਰਨੈਲ ਸਿੰਘ ਨੇ ਪਰਮ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ ਜਿਤਨੇ ਵੀ ਗੁਰਮੁਖ ਪਿਆਰੇ ਮਾਈ ਭਾਈ ਗੁਰੂ ਦੇਵ ਦੀ ਮੁਬਾਰਕ ਸੱਜ ਕੇ ਬੈਠੀਆਂ ਮੇਰੀਆਂ ਸਤਿਕਾਰਯੋਗ ਵੱਡੀਆਂ ਅਤੇ ਛੋਟੀਆਂ ਭੈਣਾਂ ਸਾਰੇ ਵੀਰ ਗੁਰੂ ਕਾ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਸਾਰੇ ਗੁਰਮੁਖ ਪਿਆਰੇ ਇੱਕ ਵਾਰ ਕਹਿਣ 'ਤੇ ਆਪਣੀ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਰ ਪਾਰ ਕਿਰਪਾ ਦੁਆਰਾ 6 ਜੂਨ 1984 ਈਸਵੀ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਅਤੇ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਜਨਰਲ ਸ਼ਬੇਗ ਸਿੰਘ ਜੀ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਸੂਰਬੀਰ ਛਾਤੀ ਅਤੇ ਸਿੰਘ ਸੂਰਮੇ ਸ਼ਹੀਦ ਹੋਏ ਨੇ ਉਹਨਾਂ ਦੇ ਡੁੱਲੇ ਹੋਏ ਖੂਨ ਨੂੰ ਨਤਮਸਤਕ ਹੋਣ ਵਾਸਤੇ ਤੁਸੀਂ ਅੱਜ ਦੇ ਦਿਨ ਪਿਛਲੇ 34 ਸਾਲਾਂ ਤੋਂ ਲੈ ਕੇ ਅੱਜ ਤੱਕ 6 ਜੂਨ ਵਾਲੇ ਦਿਨ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚ ਕੇ ਹਾਜ਼ਰੀਆਂ ਭਰਦੇ ਹੋ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਮੇਰਾ ਗਰੀਬ ਨਿਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਸਾਰਿਆਂ ਦਾ ਇੱਕ ਇੱਕ ਕਦਮ ਇੱਕ ਇੱਕ ਸਵਾਸ ਲੇਖੇ ਵਿੱਚ ਲਾਏ ਦੇਖੋ ਮੈਂ ਦੇਖ ਰਿਹਾ ਸੀ ਸੰਗਤ ਬੰਬੇ ਤੋਂ ਆਈ ਹੈ ਕਲਕੱਤੇ ਤੋਂ ਆਈ ਹੈ ਮਹਾਰਾਸ਼ਟਰ ਤੋਂ ਆਈ ਹੈ ਗੁਜਰਾਤ ਤੋਂ ਆਈ ਹੈ ਮੱਧ ਪ੍ਰਦੇਸ਼ ਤੋਂ ਆਈ ਹੈ ਹਿੰਦੁਸਤਾਨ ਦੀਆਂ ਵੱਖ ਵੱਖ ਸਟੇਟਾਂ ਦੀ ਗੱਲ ਤਾਂ ਵੱਖਰੀ ਹੈ ਦੁਨੀਆ ਭਰ ਦੀ ਕਿਹੜੀ ਕੰਟਰੀ ਹੈ ਜਿੱਥੋਂ ਸ਼ਰਧਾਲੂ ਨਹੀਂ ਆਏ ਅਮੈਰੀਕਾ ਕਨੇਡਾ ਇੰਗਲੈਂਡ ਜਰਮਨ ਜਾਪਾਨ ਹਾਲੈਂਡ ਪੋਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਇਟਲੀ ਫਿਲੀਪਾਈਨ ਦੁਨੀਆ ਦੀ ਹਰੇਕ ਕੰਟਰੀ ਤੋਂ ਸ਼ਰਧਾਲੂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨੂੰ ਨਤਮਸਤਕ ਹੋਣ ਵਾਸਤੇ ਆਏ ਨੇ ਜ਼ਿੰਦਗੀ ਕੌਮਾਂ 'ਤੇ ਲੈ ਆਵੇ ਸ਼ਹੀਦਾਂ ਦਾ ਲਹੂ ਸ਼ਹੀਦਾਂ ਦੀ ਯਾਦ ਨੂੰ ਸਾਲ ਬਾਅਦ ਚੜ੍ਹਦੀ ਕਲਾ ਵੀ ਤਰੋ ਤਾਜ਼ਾ ਕਿਉਂ ਕੀਤਾ ਜਾਂਦਾ ਇਸ ਲਈ ਕਿ ਜ਼ਿੰਦਗੀ ਕੌਮਾਂ 'ਤੇ ਲੈ ਆਵੇ ਇਸ ਦੀ ਲਾਲੀ ਜਨਮ ਦਿੰਦੀ ਏ ਨਵੀਂ ਪ੍ਰਭਾਤ ਨੂੰ ਬਨ ਬਹਾਰਾਂ ਸਦਾ ਮੁਸਕਰਾਵੇ ਸ਼ਹੀਦਾਂ ਦਾ ਲਹੂ ਮੈਂ ਧੰਨਵਾਦ ਕਰਦਾ ਹਾਂ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪਿਛਲੇ 2 ਮਹੀਨਿਆਂ ਤੋਂ ਲੈ ਕੇ ਪੰਜਾਬ ਦਾ ਕਿਹੜਾ ਪਿੰਡ ਹੈ ਜਿੱਥੇ ਪਹੁੰਚ ਕੇ ਸੇਵਾਦਾਰਾਂ ਨੂੰ ਕੀਰਤਨੀ ਜਥੇ ਅਤੇ ਕਥਾਵਾਚਕਾਂ ਨੂੰ ਭੇਜ ਕੇ ਬੇਨਤੀ ਨਾ ਕੀਤੀ ਹੋਵੇ ਆ ਉਹ ਸ਼ਹੀਦਾਂ ਨੂੰ ਯਾਦ ਕਰੀਏ ਜਿਹੜੀਆਂ ਕੌਮਾਂ ਆਪਣੇ ਵੱਡ ਵਡੇਰਿਆਂ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਉੱਤੋਂ ਸਦਾ ਵਾਸਤੇ ਖਤਮ ਹੋ ਜਾਂਦੀਆਂ ਨੇ ਐਡਾ ਵੱਡਾ ਇਕੱਠ ਕਰਨਾ ਕਈ ਲੱਖ ਸੰਗਤਾਂ ਗਿਣਤੀ ਤੋਂ ਬਾਹਰ ਹੈ ਬਾਹਰ ਲੈ ਕੇ ਉਹ ਵੱਡੇ ਰੋਡ ਤੋਂ ਲੈ ਕੇ ਦਸਾਂ ਦਸਾਂ ਮੀਲਾਂ ਤੱਕ ਪੈਰ ਰੱਖਣ ਨੂੰ ਥਾਂ ਨਹੀਂ ਮਿਲੀ ਇੰਨੀ ਤਮਾਮ ਸੰਗਤ ਪਹੁੰਚੀ ਹੈ ਉਸ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਅਤੇ ਸੂਰਬੀਰ ਬਹਾਦਰਾਂ ਦੇ ਡੁੱਲੇ ਹੋਏ ਖੂਨ ਨੂੰ ਸੀਸ ਚੁਕਾਉਣ ਵਾਸਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦਾ ਬਲ ਬਖਸ਼ੇ ਮੈਂ ਧੰਨਵਾਦ ਕਰਦਾ ਹਾਂ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸੱਚਖੰਡ ਵਾਸੀ ਮਹਾਂਪੁਰਸ਼ਾਂ ਦੇ ਭਤੀਜਾ ਜੀ ਉਹਨਾਂ ਦੀ ਅੰਸ਼ ਬੰਸ਼ ਉਹਨਾਂ ਨੇ ਸਾਰਾ ਦਿਨ ਸਟੇਜ 'ਤੇ ਪਹੁੰਚ ਕੇ ਜ਼ਿੰਮੇਵਾਰੀ ਭੁਗਤਾਈ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਵੱਡੇ ਸਪੁੱਤਰ ਉਹਨਾਂ ਦੇ ਫਰਜ਼ੰਦ ਅਰਜ਼ਮੰਦ ਅਜੀਜ਼ੁਲ ਜਾਨ ਉਹਨਾਂ ਦੇ ਚਸ਼ਮੇ ਚਿਰਾਗ ਭਾਈ ਈਸ਼ਰ ਸਿੰਘ ਜੀ ਉਹਨਾਂ ਨੇ ਸਾਰਾ ਦਿਨ ਤਨਦੇਹੀ ਨਾਲ ਡਿਊਟੀ ਸਟੇਜ 'ਤੇ ਨਿਭਾਈ ਹੈ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ
मेरे सत्कारयोग वीर भाई जीवा सिंह जी वरों साए हुए दमदमी टकसाल तो इन्हों का तो कहना ही क्या है, जो सवेर तो स्टेज शुरू हुई है शाम तक एक मिनट भी इधर उधर नहीं होए। मैं अरदास करदा वाहिगुरु भाई जीवा सिंह जी के शीश से मेहर भरिया हाथ रख के इन्हों पासों कौम की उची तो सुची सेवा प्राप्त करते रहना। दमदमी टकसाल के प्रसिद्ध कथावाचक भाई साहब सिंह जी, मेरे मानयोग जथेदार बाबा स्वरणजीत सिंह जी तरला दल के मुखी गढ़ शंकर वाले, उन्होंने सारा दिन गुरु महाराज के चरणों में हाजरी भरी है। मैनू बड़ी खुशी हो रही है शहीदां दे पवित्र स्थान दे मुख सेवादार पंथ
ਖਾਲਸੇ ਹਸ ਹਸ ਖੂਨ ਵਹਾਇਆ ਭਾਈ ਸੁਜਾਨ ਸਿੰਘ ਅਮਰੀਕ ਨਾਲ ਸੀ ਸੰਤਾਂ ਦੇ ਸੱਜਿਆ ਖਾਂ ਸਿੰਘ ਪਿਆਰਾ ਕਲਗੀਧਰ ਨੂੰ ਪਾਇਆ ਪਾਲ ਸੂਰਮਾ ਪੀਏ ਬਣਿਆ ਸੰਤਾਂ ਦਾ ਪੂਰੇ 18 ਦਿਨ ਦਾ ਪੁੱਤ ਸ਼ਹੀਦ ਕਰਾਇਆ 5 ਜੂਨ ਦੀ ਰਾਤ ਟਾਈਮ ਸੀ 12 ਦਾ ਸੱਜਿਆ ਖਾਂ ਮਰਦ ਸੁਵੇਗ ਸਿੰਘ ਜੀ ਸੱਚਖੰਡ ਜਾ ਸਦਾਇਆ ਜੂਨ ਦੀ ਰਾਤ ਟਾਈਮ ਸੀ 12 ਦਾ ਮਰਦ ਸੁਵੇਗ ਸਿੰਘ ਜੀ ਸੱਚਖੰਡ ਦਾਸ ਦਾਇਆ ਰੋਡੇ ਸਵਰਨ ਸਿੰਘ ਤੇ ਰਾਮ ਸਿੰਘ ਸੁਲਤਾਨਪੁਰੀ ਸੱਜਿਆ ਖਾਂ ਬੁਗਿਆਂ ਉੱਪਰ ਆਸਣ ਜਿਨਾ ਲਗਾਇਆ ਰੋਡੇ ਸੁਵਰਨ ਸਿੰਘ ਤੇ ਰਾਮ ਸਿੰਘ ਸੁਲਤਾਨਪੁਰੀ ਦੋਹਾਂ ਬੁਗਿਆਂ ਉੱਪਰ ਆਸਣ ਜਿਨਾ ਲਗਾਇਆ ਤਾਰਾ ਸਿੰਘ ਅਸੇ ਦਲਬੀਰ ਸਿੰਘ ਅਭਿਆਸੀ ਜੋ ਦਲਬੀਰ ਸਿੰਘ ਅਭਿਆਸੀ ਜੋ ਸੱਜਿਆ ਖਾਂ ਕੁਲਵੰਤ ਸਿੰਘ ਗੁਰੂ ਨਾਨਕ ਦੇ ਸਾਥ ਨਿਭਾਇਆ ਹਮੇਸ਼ਾ ਜਿਉਂਦੇ ਰਹਿਣਗੇ ਹਮੇਸ਼ਾ ਜਿਉਂਦੇ ਰਹਿਣਗੇ ਸੱਚਿਆ ਖਾਂ ਜਿਨ੍ਹਾਂ ਸੁੱਤੀ ਕੌਮ ਨੂੰ ਨੂਰ ਦੀ ਆੜ ਜਗਾਇਆ ਬਣਦੇ ਆ ਪਰ ਅਰਜ਼ਾ ਕਰਦੇ ਤੇਰੀਆਂ ਅਰਜ਼ੋਈਆਂ ਤੇਰੀਆਂ ਸੰਗਤਾਂ ਵੱਲ ਤੇਰੀਆਂ ਰੋਜ਼ ਉਡੀਕਾਂ ਤੇਰੀਆਂ ਸੰਗਤ ਕਹਿ ਦਿਓ ਵਾਹਿਗੁਰੂ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਤੇ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਜੀ। ਸਟੇਜ ਤੇ ਬੈਠੇ ਨੇ ਦਮਦਮੀ ਟਕਸਾਲ ਦੇ ਸਤਿਕਾਰੇ ਹੋਏ ਕਥਾਵਾਚਕ ਭਾਈ ਪਰਮਿੰਦਰਪਾਲ ਸਿੰਘ ਜੀ ਅਤੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਫਗਵਾੜਾ ਚਿਹੇੜੂ ਦੇ ਪਵਿੱਤਰ ਸਥਾਨ ਦੇ ਮੁੱਖ ਸੇਵਾਦਾਰ, ਮੈਂ ਧੰਨਵਾਦ ਕਰਦਾ ਹਾਂ। ਭਾਈ ਜੀਵਾ ਸਿੰਘ ਜੀ ਨੇ ਤਾਂ ਸਵੇਰ ਤੋਂ ਲੈ ਕੇ ਹੁਣ ਤੱਕ ਡਿਊਟੀ ਭੁਗਤਾਈ। ਇਹ ਕਹਿੰਦੇ ਤੁਸੀਂ ਹੁਣ ਜਲ ਪਾਣੀ ਛਕੋ, ਸਟੇਜ 'ਤੇ ਹਾਜ਼ਰੀ ਅਸੀਂ ਭਰਦੇ ਹਾਂ। ਮੈਨੂੰ ਬਹੁਤ ਸਾਰੇ ਵੀਰਾਂ ਨੇ ਪੁੱਛਿਆ ਵੀ ਤੁਹਾਡਾ ਸਮਾਂ ਲਾਸਟ ਫਾਡੀ ਜਥਾ ਕਿਉਂ ਹੁੰਦਾ ਹੈ,
ਮੈਂ ਕਿਹਾ ਫਾਡੀ ਜਥਾ ਨਹੀਂ, ਮੈਂ ਤਾਂ ਇੱਥੋਂ ਵਿਦਿਆ ਪੜ੍ਹੀ, ਅਸੀਂ ਇੱਥੇ ਆ ਕੇ ਕਾਲੇ ਪੈਂਦੇ ਹੀ ਨਹੀਂ। ਮਹਾਂਪੁਰਖ ਜਦੋਂ ਹੁਕਮ ਕਰਦੇ ਉਦੋਂ ਅਸੀਂ ਹਾਜ਼ਰੀ, ਇੱਥੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕਿਉਂਕਿ ਦੂਰ ਦਰਾਜ ਤੋਂ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਆਈਆਂ ਨੇ ਸਾਰਿਆਂ ਨੂੰ ਮਾਨ ਸਨਮਾਨ ਦੇਣਾ ਇਹ ਦਮਦਮੀ ਟਕਸਾਲ ਦਾ ਫਰਜ਼ ਬਣਦਾ ਹੈ। ਮੈਂ ਜੀਵਾ ਸਿੰਘ ਜੀ ਨੂੰ ਪੁੱਛਿਆ ਸਾਡਾ ਸਮਾਂ ਕਿੰਨਾ, ਕਿੰਨਾ ਚਿਰ ਕੀਰਤਨ ਕਰਨਾ ਹੈ, ਉਹ ਕਹਿੰਦੇ ਇਹ ਗੱਲ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਦੱਸਣਗੇ। ਮੈਂ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਸਾਡਾ ਸਮਾਂ ਕਿੰਨਾ ਹੈ, ਉਹ ਕਹਿੰਦੇ ਤੁਸੀਂ ਸਵਾ ਘੰਟੇ ਕੀਰਤਨ ਕੀਤੇ ਤੋਂ ਪਹਿਲਾਂ ਫਤਿਹ ਨਹੀਂ ਬੁਲਾਉਣੀ, ਅਤੇ ਜੇ ਫਤਿਹ ਬੁਲਾ ਦਿੱਤੀ ਤਾਂ ਅਸੀਂ ਨਾਰਾਜ਼ ਹੋ ਜਾਣਾ ਹੈ। ਅਤੇ ਉਹਨਾਂ ਦੇ ਹਿਸਾਬ ਨਾਲ 6 ਵਜੇ ਤੱਕ ਦਾ ਸਮਾਂ ਬਣਦਾ, 5 ਵੱਜ ਗਏ ਨੇ, 60 ਮਿੰਟਾਂ ਵਿੱਚ ਹੋਰ ਕਿਵੇਂ ਉਹ ਹਿੰਦੁਸਤਾਨ ਦੀ ਸਰਕਾਰ ਦੀ ਫੌਜ ਦਰਬਾਰ ਸਾਹਿਬ ਉੱਤੇ ਆਈ, ਮਰਦਾਂ ਨੇ ਕਿਵੇਂ ਛਾਤੀਆਂ ਡਾਹੀਆਂ, ਕਿਵੇਂ ਮੁਕਾਬਲਾ ਕੀਤਾ, ਇਹ ਸਾਰੀ ਇਤਿਹਾਸਕ ਰਵਾਇਤਾਂ ਇਤਿਹਾਸਕ ਵਾਰਾਂ ਅਸੀਂ ਤੁਹਾਡੀ ਸੇਵਾ ਵਿੱਚ ਜਿਹੜੀਆਂ ਨਵੀਆਂ ਨਵੀਆਂ ਲਿਖ ਕੇ ਲਿਆਉਂਦੀਆਂ ਨੇ, ਇਤਿਹਾਸ ਉਹੀ ਹੈ ਪਰ ਵਾਰ ਨਵੀਂ ਤਾਜ਼ੋ ਤਾਜ਼ਾ ਲਿਖ ਕੇ ਗਾਈ ਜਾਂਦੀ ਹੈ। ਤਾਂ ਹੀ ਸੰਗਤ ਕਹਿੰਦੇ ਨੇ ਜਿਹੜਾ ਬੰਦਾ ਵਿਦਵਾਨ ਹੈ, ਬੁਲਾਰਾ ਹੈ, ਉਹ ਨਵੀਂ ਗੱਲ ਸਟੇਜ 'ਤੇ ਨਾ ਸੁਣਾਵੇ ਅਤੇ ਉਹਨਾਂ ਦੀ ਕਲਾ ਨੂੰ ਲਾਜ ਲੱਗ ਜਾਂਦੀ ਹੈ। ਇਸ ਵਾਸਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਸਾਲ ਜਦੋਂ ਵੀ ਮਹਿਤੇ ਦੇ ਸਾਲਾਨਾ ਸਮਾਗਮ ਵਿੱਚ ਆਈਏ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਇੱਥੇ ਗੁਰੂ ਦੀ ਕਿਰਪਾ ਨਾਲ ਜਿਹੜੀ ਵੀ ਵਾਰ ਜਥੇ ਨੇ ਗਾਉਣੀ ਹੈ ਉਹ ਨਵੀਂ ਨਕੋਰ ਲਿਖੀ ਹੋਵੇ, ਸੰਗਤ ਤਾਂ ਹੀ ਪ੍ਰਸੰਨਤਾ ਦੀ ਦਾਤ ਦਿੰਦੀ ਹੈ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਤੁਸੀਂ ਸਵੇਰ ਤੋਂ ਬੈਠੇ, ਕਈ ਵਾਰ ਬੰਦੇ ਦੇ ਮਨ ਨੂੰ ਅਕੇਵਾਂ ਵੀ ਹੋ ਜਾਂਦਾ, ਥਕੇਵਾਂ ਵੀ ਹੋ ਜਾਂਦਾ, ਪਰ ਮੈਂ ਸੋਚ ਰਿਹਾ ਸੀ ਤੁਸੀਂ ਅੱਕੇ ਵੀ ਨਹੀਂ ਅਤੇ ਤੁਸੀਂ ਥੱਕੇ ਵੀ ਨਹੀਂ, ਤੁਸੀਂ ਕਾਲੇ ਵੀ ਨਹੀਂ ਪਵੇ। ਜਿਨ੍ਹਾਂ ਬੰਦਿਆਂ ਦੇ ਪੱਲੇ ਧੀਰਜ ਹੋਵੇ ਉਹ ਕਦੋਂ ਕਾਲਾਪਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਦਿਖਾਉਂਦੇ ਹੈ। ਮੈਂ ਸਾਰੀਆਂ ਭੈਣਾਂ ਦਾ, ਸਾਰੇ ਵੀਰਾਂ ਦਾ ਧੰਨਵਾਦ ਕਰਦਾ। ਤੁਹਾਨੂੰ ਪਤਾ ਹੈ ਅੱਜ ਤੋਂ 34 ਸਾਲ ਪਹਿਲਾਂ ਜਦੋਂ ਹਿੰਦੁਸਤਾਨ ਦੀ ਸਰਕਾਰ ਦੀ ਭੇਜੀ ਹੋਈ ਫੌਜ ਪੰਜਾਬ ਵਿੱਚ ਆਈ ਉਹਦੀ ਗਿਣਤੀ ਕਿੰਨੀ ਸੀ? ਉਹਦੀ ਗਿਣਤੀ ਸੀ ਪੂਰੀ 6 ਲੱਖ। 6 ਲੱਖ ਦੇ ਵਿੱਚੋਂ 1 ਲੱਖ ਅਤੇ 33 ਹਜ਼ਾਰ ਫੌਜ ਨੇ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਅਤੇ ਜਿਹੜੀ 2 ਲੱਖ ਫੌਜ ਹੈ ਉਹ ਦਰਬਾਰ ਸਾਹਿਬ ਤੋਂ 20 ਕਿਲੋਮੀਟਰ ਦੀ ਦੂਰੀ ਉੱਤੇ ਰੱਖੀ ਗਈ, ਜਿਵੇਂ ਕੋਈ ਸਪੇਅਰ ਚੀਜ਼ ਰੱਖੀ ਜਾਂਦੀ ਹੈ ਜਦੋਂ ਲੋੜ ਪਵੇ ਬੁਲਾਇਆ ਜਾਏ। ਜਿਹੜੀ ਬਾਕੀ 2.5 ਲੱਖ ਸੀ ਉਹ ਪੰਜਾਬ ਦੇ ਵੱਡੇ ਸ਼ਹਿਰਾਂ ਅਤੇ ਨਗਰਾਂ ਵਿੱਚ ਅਤੇ ਪੰਜਾਬ ਦੇ 37 ਗੁਰਧਾਮਾਂ ਨੂੰ ਘੇਰਾ ਪਾਉਣ ਵਾਸਤੇ ਰੱਖੀ। 6 ਲੱਖ ਉਸ ਟਾਈਮ 'ਤੇ ਵੈਦਿਆ ਦਾ ਹੁਕਮ ਪਾ ਕੇ ਕੁਲਦੀਪ ਬਰਾੜ ਲੈ ਕੇ ਆਇਆ। ਇੱਥੇ ਗੱਲ ਯਾਦ ਵਿੱਚ ਰੱਖਿਓ, ਜਦੋਂ ਪ੍ਰਧਾਨ ਮੰਤਰੀ ਨੇ ਅਕਾਲ ਤਖ਼ਤ ਉੱਤੇ ਅਟੈਕ ਕਰਵਾਉਣਾ ਸੀ ਉਸ ਨੇ ਕਿਹਾ ਵੀ ਸਿੱਖਾਂ ਉੱਤੇ ਹਮਲਾ ਕਰਨਾ ਹੈ, ਅਕਾਲ ਤਖ਼ਤ ਗਰਾਉਣਾ ਹੈ, ਕਿਉਂ ਨਾ ਹੋਵੇ ਪੰਜਾਬ ਪੁਲਿਸ ਵਿੱਚ ਪੰਜਾਬੀਆਂ ਦੇ ਮੁੰਡੇ ਬਹੁਤੇ ਭਰਤੀ ਹੋਏ ਨੇ ਸਿੱਖ ਸਰਦਾਰ, ਇਹਨਾਂ ਦੇ ਮੋਢਿਆਂ ਉੱਤੇ ਰੱਖ ਕੇ ਚਲਾਈ ਜਾਏ, ਇਹਨਾਂ ਨੂੰ ਹੁਕਮ ਸੁਣਾਇਆ ਜਾਏ ਇਹ ਅਕਾਲ ਤਖ਼ਤ 'ਤੇ ਗੋਲੀਆਂ ਚਲਾਉਣ, ਇਹਨਾਂ ਦੀ ਲੜਾਈ ਬਾਬਾ ਜਰਨੈਲ ਸਿੰਘ ਨਾਲ ਹੋਵੇ। ਹਿੰਦੁਸਤਾਨ ਦੀ ਸਰਕਾਰ, ਪ੍ਰਧਾਨ ਮੰਤਰੀ ਨੇ ਪੰਜਾਬ ਪੁਲਿਸ ਨੂੰ ਹੁਕਮ ਕੀਤਾ ਕਿ ਤੁਸੀਂ ਅਕਾਲ ਤਖ਼ਤ 'ਤੇ ਦਰਬਾਰ ਸਾਹਿਬ 'ਤੇ ਅਟੈਕ ਕਰੋ, ਪਰ ਜਿਹੜੇ ਨੌਜਵਾਨ ਪੰਜਾਬੀਆਂ ਦੇ ਸਰਦਾਰਾਂ ਦੇ ਮੁੰਡੇ ਪੁਲਿਸ 'ਚ ਭਰਤੀ ਸੀ ਉਹ ਕਹਿਣ ਲੱਗੇ ਸਾਡਾ ਸਿਰ ਤਾਂ ਚਲਾ ਜਾਏ, ਸਾਡੀ ਜਾਨ ਜਿਸਮ ਵਿੱਚੋਂ ਨਿਕਲ ਜਾਏ, ਪਰ ਅਸੀਂ ਅਕਾਲ ਤਖ਼ਤ ਉੱਤੇ ਗੋਲੀਆਂ ਚਲਾਉਣ ਵਾਸਤੇ ਕਦੀ ਨਹੀਂ ਜਾਵਾਂਗੇ, ਅਸੀਂ ਅਕਾਲ ਤਖ਼ਤ ਉੱਤੇ ਨਤਮਸਤਕ ਹੋਣ ਵਾਸਤੇ, ਗੱਲ 'ਚ ਪੱਲਾ ਪਾਉਣ ਵਾਸਤੇ ਤਾਂ ਜਾਵਾਂਗੇ, ਲੇਕਿਨ ਪੰਜਾਬ ਪੁਲਿਸ ਦੇ ਨੌਜਵਾਨ ਕਦੇ ਵੀ ਅਕਾਲ ਤਖ਼ਤ ਉੱਤੇ ਅਟੈਕ ਨਹੀਂ ਕਰਨਗੇ। ਹਿੰਦੁਸਤਾਨ ਦੀ ਸਰਕਾਰ ਨਿੰਮੋ ਚੂਣੀ ਹੋ ਗਈ, ਹੋਰ ਕੀ ਕੀਤਾ ਜਾਏ? ਫਿਰ ਉਹਨਾਂ ਨੇ CRP ਵਾਲਿਆਂ ਨੂੰ ਹੁਕਮ ਕੀਤਾ ਕਿ ਤੁਸੀਂ ਹਮਲਾ ਕਰੋ। ਉਹਨਾਂ ਨੇ ਕਿਹਾ ਕੋਈ ਗਵਾਂਢੀ ਦੇਸ਼ ਚੜ੍ਹਾਈ ਕਰਕੇ ਆਵੇ ਉਹਨਾਂ ਨਾਲ ਲੜ ਕੇ ਮਰਨ ਵਾਸਤੇ ਅਸੀਂ ਤਿਆਰ ਹਾਂ, ਪਰ ਜਿਹੜੇ ਹਿੰਦੁਸਤਾਨ ਦੇ ਸਿਟੀਜ਼ਨ ਲੋਕ ਨੇ ਉਹਨਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰਨ ਵਾਸਤੇ CRP ਕਦੇ ਵੀ ਤਿਆਰ ਨਹੀਂ ਹੋਏਗੀ। ਪੰਜਾਬ ਪੁਲਿਸ ਵੀ ਇਨਕਾਰੀ ਹੋ ਗਈ, CRP ਨੇ ਵੀ ਇਨਕਾਰ ਕਰ ਦਿੱਤਾ, ਅਤੇ ਫਿਰ ਇੱਕ ਹੋਰ ਰਹਿ ਗਈ, ਉਹਦਾ ਨਾਮ ਹੈ BSF, ਜਿਹੜੀ ਬਾਰਡਰ ਦਾ ਅਰੇਂਜ ਕਰਦੀ ਹੈ, ਬਾਰਡਰਾਂ ਉੱਤੇ ਫੌਜ ਰਹਿੰਦੀ ਹੈ। ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਨੂੰ ਹੁਕਮ ਕੀਤਾ BSF ਵਾਲਿਆਂ ਨੂੰ ਕਿ ਤੁਸੀਂ ਹਮਲਾ ਕਰੋ। ਉਹ ਕਹਿੰਦੇ ਕਦੀ ਨਹੀਂ ਹੋ ਸਕਦਾ, ਅਸੀਂ ਬਾਰਡਰ 'ਤੇ ਸੁਰੱਖਿਆ ਦੇ ਸਕਦੇ ਹਾਂ ਲੇਕਿਨ ਕਿਸੇ ਵੀ ਪ੍ਰਜਾ ਦੇ ਧਾਰਮਿਕ ਮੰਦਰ ਉੱਤੇ ਅਟੈਕ ਨਹੀਂ ਕਰ ਸਕਦੇ। ਜਦੋਂ ਇਹਨਾਂ ਤਿੰਨਾਂ ਨੇ ਇਨਕਾਰ ਹੋ ਕੇ ਜਵਾਬ ਦੇ ਦਿੱਤਾ ਅਸੀਂ ਅਕਾਲ ਤਖ਼ਤ 'ਤੇ ਹਮਲਾ ਨਹੀਂ ਕਰਾਂਗੇ, ਫਿਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇੱਕੋ ਇੱਕ ਆਸਰੀ ਬਾਕੀ ਰਹਿ ਗਿਆ ਸੀ, ਉਹ ਸੀ ਆਰਮੀ। ਹਿੰਦੁਸਤਾਨ ਦੀ ਫੌਜ, ਜਨਰਲ ਵੈਦਿਆ ਨੂੰ ਹੁਕਮ ਦਿੱਤਾ, ਉਸ ਨੇ ਰਣਜੀਤ ਦਿਆਲ, ਸੁੰਦਰ ਜੀ ਅਤੇ ਕੁਲਦੀਪ ਬਰਾੜ ਨੂੰ ਲਿਆ ਨਾਲ, 6 ਲੱਖ ਫੌਜ ਲੈ ਕੇ। ਇਸ ਤੋਂ ਪਹਿਲਾਂ ਚੱਕਰਾਤਾ ਹਿਮਾਚਲ ਪ੍ਰਦੇਸ਼ ਵਿੱਚ ਇੱਕ ਟੈਂਪਰੇਰੀ ਅਕਾਲ ਤਖ਼ਤ ਬਣਾ ਕੇ ਉਹਦੇ ਉੱਤੇ ਅਟੈਕ ਕੀਤਾ ਗਿਆ। ਹਰਿਮੰਦਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਦੇਹਰਾਦੂਨ ਵਿਖੇ ਇੱਕ ਇਮਾਰਤ ਉੱਤੇ ਕਬਜ਼ਾ ਕਰਨ ਵਾਸਤੇ ਅਟੈਕ ਕਰਵਾਇਆ ਗਿਆ, ਰਿਹਰਸਲ ਕੀਤੀ ਗਈ,
ਇਹ ਹਰਿਮੰਦਰ ਸਾਹਿਬ ਨੂੰ ਬਚਾਉਣਾ ਹੈ, ਅਕਾਲ ਤਖ਼ਤ ਨੂੰ ਢਾਹ ਢੇਰੀ ਕਰਨਾ ਹੈ। ਅਕਾਲ ਤਖ਼ਤ ਨੂੰ ਢਾਉਣ ਵਾਸਤੇ ਉਹ ਬੇਈਮਾਨ ਕੁਲਦੀਪ ਬਰਾੜ 6 ਲੱਖ ਫੌਜ ਲੈ ਕੇ ਜਿਵੇਂ ਪੰਜਾਬ ਉੱਤੇ ਧਾਈ ਕਰਦਾ ਹੈ, ਉਸ ਵੇਲੇ ਦੀ ਵਾਰ ਢਾਡੀ ਜੱਥਾ ਤੁਹਾਡੀ ਸੇਵਾ ਵਿੱਚ ਹੈ।
टाइम ते कुलदीप बराड़ कहिंदा ओ जरनैल सिंघा उसने अनाउंस की 1,33,000 फौजियां ने जदों दरबार साहब नूं घेरा पाया उसने कहा जरनैल सिंघा साडी फौज बूट पा के परिक्रमा विच प्रवेश होण लगी है साडी बेनती है हिंदुस्तान की सरकार कहिंदी तुहानूं 1 अरब अमेरिका का डालर दिता जाएगा तुहाडे सारे परिवार नूं कनेडा का वीज़ा लवा के दिने आ ते तुसी उत्थे जाके पक्के तौर पर जिंदगी बसो तुसी सरकार नाल लड़ाई करके की लैना है नाले तुसी सुख की जिंदगी भोगो हथियार सुट दिओ। उस टाइम ते बाबा जरनैल सिंह जी ने उत्तर दिता ओ कुलदीप बराड़ा याद रख जिहड़ियां मक्खियां ने वो जूठ उत्ते डिगदियां ने शेरां ने कदे घा नहीं खाधा ते हंस कदे बाजरा नहीं वो सुचे मोतियां की खुराक चुकदे है जिहड़ा तूं ते तेरी सरकार जरनैल सिंह नूं लालच दिंदी है दमदमी टकसाल का सेवादार सरकार के लालच नूं पैर की जुत्ती की नोक उत्ते ठकराएगा। कुलदीप बराड़ कहिंदा बाबा मेरी फौज बूट पा के अंदर इंटर होण लगी है असी 5 घंटिया के समय में अकाल तख्त नूं घेरा पा लेना है जेड़े अगले 2 घंटे ने उहदे विच असी तैनू बन के हैलीकैप्टर बिठा के इंदिरा गांधी को लै जाना है फिर चंगा रहेगा हथियार सुट के आत्म समर्पण कर दे। बाबा जरनैल सिंह ने रोह विच भर के कहा ओ जालमो जदों तुसी अकाल तख्त का कब्जा लैण वास्ते अगे वधोगे तुहानू इथों का कब्जा मिले या ना मिले तुहाडी छाती विचों छां छां कर दियां गोलियां जरूर पर अणख नूं मारे जा सत दुश्मन शांति दा कितो जाप हुंदा उस वेले कोई जमदा शेर नलुआ उस वेले कोई राणा प्रताप हुंदा कौमां लई कुर्बानी दा पाक जज्बा कौमां लई कुर्बानी दा पाक जज्बा पैदा दिला अंदर अपने आप हुंदा धर्म करना भी जे कर पाप हुंदा जुल्म झलना भी महा पाप हुंदा। सत्कारियो खालसा जी कुलदीप बराड़ जेड़ा उस टाइम ते फौज लेके आया ते उसने काल तख्त ते अटैक करवाया वो अपनी कलमना लिखदा है वो कहिंदा मैं 2200 फौजी रिंगणवाह परिक्रमा भी भेज दिता ते 1700 फौजी उन्हां दी कवरेज वास्ते दुश्मन दा वार रोकण वास्ते परिक्रमा विच प्रवेश कर दिता। गुरु रामदास दे चरणां दी परिक्रमा वो है जिहदी एक एक सिल थले हजारां सूर वीर बहादुरां दे सिर लगे ने उन्हां उत्ते बूट पा के जदों प्रवेश होण लगे जिस पासे बाबा दीप सिंह जी ने अपना सीस धरिया सी गुरु रामदास दे चरणां विच इस पासों दी फौज प्रवेश होई अगले पासे जनरल शबेग सिंह जी ने बहुत बरांडे तो पारले पासे कमरे में डूंगा टोआ पुटिया है ते वरमे नाल सुराख मार के धरती तो 3 फुट उच्चे ओंदी स्टेन मशीन गन्ना दियां नालियां कढ़ियां उन्हूं पता सी फौज जदों अगे वधदी है इन्हां ने जिवें सप जिवें सगोह अगे नूं तुरदा है इदां पेट घसीट के अगे तुरना है रिंगणवाह अरकां दे भा ते असीं थल्लों गोलियां मार के इन्हां दा खात्मा करना है। 2200 फौजी जदों परिक्रमा में शामिल होया उस टाइम ते बाबे जरनैल सिंह दा जोश ठल्लिया ना किया उन्होंने कहा मेरे दूल्यो सरदारो आए हुए मित्रां दा स्वागत करन वास्ते जरा तैयार हो जाओ। उस टाइम ते बब्बर अकाली दमदमी टकसाल दे सिंह जनरल शबेग सिंह जी कार सेवा वाले बाबे तैयार बुर तैयार खड़े सन
ਬਾਬਾ ਜਰਨੈਲ ਸਿੰਘ ਦੇ ਨੇਤਰਾਂ ਵਿੱਚ ਖੂਨ ਉੱਤਰ ਆਇਆ। ਫੌਜੀ ਜਦੋਂ ਬੂਟ ਪਾ ਕੇ ਪ੍ਰਕਰਮਾਂ ਵਿੱਚ ਪੇਸ਼ ਹੋਏ, ਬਾਬੇ ਨੇ ਸ਼ਬਦ ਪੜਿਆ, ਉਹ ਕਹਿੰਦਾ ਦੇਹੇ ਸ਼ਿਵਾ ਪਰ ਮੋਹੇ ਹੈ, ਸ਼ੁਭ ਕਰਮ ਤੇ ਕਭੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੇ ਕਰੇ ਆਪਣੀ ਜੀਤ ਕਰੋ, ਅਰ ਸਿੱਖ ਆਪਣੇ ਈ ਮਨ ਕਹੋ, ਇਹ ਲਾਲ ਚਹੋ ਗੁਣ ਤੋਂ ਚਰੋ, ਜਬ ਆਪ ਕੀ ਆਉਤ ਨਿਦਾਨ ਬਣੇ, ਅਤ ਹੀ ਰਨ ਮੈਂ ਤਬ ਜੂਝ ਬਣਾਓ, ਕਹਿ ਕੇ ਬਲੀ ਬਹਾਦਰ ਬਾਬਾ ਜਰਨੈਲ ਸਿੰਘ ਜੀ ਸੂਰਬੀਰ ਬਹਾਦਰ ਆਉਂ ਵੰਗਾਰ ਵਾਲਾ ਭਾਈ ਕੈਸੇ ਕਰਕੇ ਉਠਾ
ਦੁਨੀਆਂ ਹਾਂ ਜੀ ਹਾਂ ਵਾਰਾਂ ਦੁਨੀਆਂ ਦਾ ਬਹੁਤ ਭਾਰੀਆਂ ਨੇ ਇੱਕ ਪਾਸੇ ਪੰਜਾਬੀ ਗੁਰੂ ਕੇ ਸਿੱਖ ਸਰਦਾਰ ਅਤੇ ਇੱਕ ਪਾਸੇ ਹਿੰਦੁਸਤਾਨ ਦੀ ਸਰਕਾਰ ਜਿਸ ਦੀ ਗਿਣਤੀ ਹੈ ਪੰਜਾਬ ਉੱਤੇ ਚੜ੍ਹਾਈ ਕਰਨ ਦੀ 6 ਲੱਖ ਉਹਦੇ 6 ਲੱਖ ਵਿੱਚੋਂ 1,33,000 ਨੇ ਹਰਿਮੰਦਰ ਸਾਹਿਬ ਨੂੰ ਘੇਰਾ ਪਾਇਆ 2 ਲੱਖ ਫੌਜ 20 ਕਿਲੋਮੀਟਰ ਦੇ ਘੇਰੇ ਵਿੱਚ ਰੱਖੇ ਬਾਕੀ 2.5 ਲੱਖ ਸਾਰੇ ਪੰਜਾਬ ਅਤੇ 17 ਗੁਰਦੁਆਰਿਆਂ ਨੂੰ ਘੇਰਾ ਪਾਇਆ ਇਤਿਆਦਿ ਕਿ ਸਾਰੀ ਫੌਜ ਨੇ ਘੇਰਾ ਪਾਇਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਫੌਜਾਂ ਇੱਕ ਪਾਸੇ ਬਹੁਤ ਭਾਰੀਆਂ ਨੇ ਸਿੰਘਾਂ ਸੂਰਿਆਂ ਕਰ ਕਮਾਲ ਛੱਡੀ ਲਾਛਾਂ ਵਿੱਚ ਪਰਕਰਮਾ ਖਿਲਾਰੀਆਂ ਨੇ ਜਿਹੜੇ ਕਹਿੰਦੇ ਸੀ ਮੋਰਚਾ ਫਤਿਹ ਕਰਨਾ ਹੋਈਆਂ ਉਹਨਾਂ ਨੂੰ ਬਹੁਤ ਖੁਆਰੀਆਂ ਨੇ ਅਣਖੀ ਮਰਦਾਂ ਨੂੰ ਮੰਨ ਗਈ ਕੁੱਲ ਦੁਨੀਆਂ ਨੂਰ ਰੱਖ ਕੇ ਕੈਮ ਸਰਦਾਰੀਆਂ ਨੇ ਮੀਂਹ ਵਾਂਗਰਾਂ ਗੋਲੀਆਂ ਵਰਦੀਆਂ ਸੀ ਜਦੋਂ ਹਿੰਦੁਸਤਾਨ ਦੀ ਸਰਕਾਰ ਦੇ ਫੌਜੀਆਂ ਨੇ ਅਟੈਕ ਕੀਤਾ ਉਦੋਂ ਅਕਾਲ ਤਖ਼ਤ ਸਾਹਿਬ ਉੱਤੇ ਮੀਂਹ ਵਾਂਗਰਾਂ ਗੋਲੀਆਂ ਵਰਦੀਆਂ ਸੀ ਕਈ ਸੂਰਮੇ ਸਿੰਘ ਹਜ਼ਾਰ ਮਰ ਗਏ ਸੁਬਹਾ 4:40 ਉੱਤੇ ਹੋਇਆ ਹਮਲਾ ਅਤੇ ਕਈ ਸੁਣਦੇ ਆਸਾ ਦੀ ਵਾਰ ਮਰ ਗਏ ਮਰੀਆਂ ਬੀਬੀਆਂ ਬੱਚੇ ਬਜ਼ੁਰਗ ਬਾਬੇ ਕਈ ਸੇਵਾ ਕਰਦੇ ਸੇਵਾਦਾਰ ਮਰ ਗਏ ਅਕਾਲ ਤਖ਼ਤ ਦੇ ਪਿੱਛੇ ਜੋ ਰਹਿਣ ਵਾਲੇ ਕਈ ਸਾਰੇ ਦੇ ਸਾਰੇ ਪਰਿਵਾਰ ਮਰ ਗਏ ਜਦੋਂ 5 ਜੂਨ ਦੀ ਰਾਤ ਪਈ ਰਾਤ ਦੇ 12 ਵਜੇ ਜਨਰਲ ਸ਼ਬੇਗ ਸਿੰਘ ਜੀ ਅਕਾਲ ਤਖ਼ਤ ਤੋਂ ਬਾਹਰ ਨਿਸ਼ਾਨ ਸਾਹਿਬ ਦੀ ਸੈਡ ਸੂਰ ਬੀਰ ਬਹਾਦਰਾਂ ਨੂੰ ਲੜਾਉਣ ਵਾਸਤੇ ਆਏ ਉਦੋਂ ਉਸ ਟਾਈਮ 'ਤੇ ਫੌਜ ਦਾ ਇੱਕ ਭ੍ਰਿਸ਼ਟ ਜਵਾਨ ਦੀ ਛਾਤੀ ਵਿੱਚ ਲੱਗਾ ਕੁਲਦੀਪ ਬਰਾੜ ਕਹਿੰਦਾ ਹੈ ਕਿ ਜਨਰਲ ਸ਼ਬੇਗ ਸਿੰਘ ਦੀ ਛਾਤੀ ਵਿੱਚ ਅਸੀਂ 14 ਗੋਲੀਆਂ ਮਾਰੀਆਂ ਸੱਜਾ ਮੋਢਾ ਹੇਠਾਂ ਲਟਕਿਆ ਬਾਬਾ ਜਰਨੈਲ ਸਿੰਘ ਕੋਲ ਜਾ ਕੇ ਅਕਾਲ ਤਖ਼ਤ ਵਿਖੇ ਫਤਿਹ ਬੁਲਾਈ ਬੇਨਤੀ ਕੀਤੀ ਬਾਬਾ ਜੀ ਸੱਚਖੰਡ ਜਾ ਰਿਹਾ ਹਾਂ ਮੈਂ ਜੋ ਸੇਵਾ ਕੀਤੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਉਸ ਟਾਈਮ 'ਤੇ ਬਾਬਾ ਜਰਨੈਲ ਸਿੰਘ ਜੀ ਭਰੇ ਹੋਏ ਦਿਲ ਨਾਲ ਆਪਣੇ ਜਨਰਲ ਸ਼ਬੇਗ ਸਿੰਘ ਜੀ ਨੂੰ ਗਲਵੱਕੜੀ ਵਿੱਚ ਲੈ ਕੇ ਕਿਹਾ ਸੂਰਬੀਰ ਬਹਾਦਰਾ ਤੂੰ ਪੰਥ ਦੀ ਸੇਵਾ ਕਰਕੇ ਸੱਚਖੰਡ ਚੱਲਿਆ ਹੈ ਤੇਰੇ ਤੋਂ ਮਗਰੋਂ ਥੋੜ੍ਹਾ ਸਮਾਂ ਬਾਅਦ ਜਰਨੈਲ ਸਿੰਘ ਵੀ ਤੇਰੇ ਕੋਲ ਆਏਗਾ ਤੂੰ ਤਾਂ ਮੈਨੂੰ ਮਿਲਣ ਦੀ ਲੋਚਦਾ ਹੈ ਤੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਾ ਪੰਥ ਦਾ ਮਾਲਕ ਤੇਰੀ ਉਡੀਕ ਕਰ ਰਿਹਾ ਹੈ ਕਿ ਕਦੋਂ ਜਨਰਲ ਸ਼ਬੇਗ ਸਿੰਘ ਆਵੇ ਜਿਸ ਨੇ ਮਾਨਵਤਾ ਦੇ ਭਲੇ ਵਾਸਤੇ ਖਾਲਸਿਆਂ ਦਾ ਸਾਥ ਦਿੱਤਾ ਹੈ ਉਸ ਟਾਈਮ 'ਤੇ ਜਨਰਲ ਸ਼ਬੇਗ ਸਿੰਘ ਜੀ ਸ਼ਹੀਦ ਹੋ ਗਏ ਅਤੇ ਜਦੋਂ 6 ਜੂਨ ਦਿਨ ਦੇ 9:30 ਹੈ ਉਸ ਟਾਈਮ 'ਤੇ ਭਾਈ ਅਮਰੀਕ ਸਿੰਘ ਜੀ ਭਾਈ ਗੁਰਜੀਤ ਸਿੰਘ ਜੀ ਮੁਕਤਾ ਸਿੰਘ ਜੀ ਸਾਹਮਣੇ ਬੈਠੇ ਨੇ ਬਾਬਾ ਜਰਨੈਲ ਸਿੰਘ ਜੀ ਅਰਦਾਸ ਕਰਕੇ ਆਏ ਜਦੋਂ ਛਾਤੀ ਵਿੱਚ ਗੋਲੀ ਲੱਗੀ ਸ਼ਹੀਦ ਹੋਣ ਤੋਂ ਪਹਿਲਾਂ ਗੁਰੂ ਦੀ ਕਿਰਪਾ ਦਾ ਪਾਤਰ ਦਮਦਮੀ ਟਕਸਾਲ ਦਾ 14ਵਾਂ ਜਥੇਦਾਰ ਛਾਤੀ ਵਿੱਚ ਅਨੇਕਾਂ ਗੋਲੀਆਂ ਸਮੋ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਇਹ ਸੱਚੇ ਪਾਤਸ਼ਾਹ ਜੇ ਦਾਸਾਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਖਿਮਾ ਕਰਨੀ ਤੁਹਾਡੀ ਕਿਰਪਾ ਨਾਲ ਛੇਤੀ ਮਨੁੱਖਾ ਜਨਮ ਲੈ ਕੇ ਖਾਲਸਾ ਰਾਜ ਸਥਾਪਿਤ ਕਰਨ ਵਾਸਤੇ ਅਸੀਂ ਮਾਤ ਰੋਕ ਕੇ ਚਾਹਵਾਂਗੇ ਸ਼ਹੀਦ ਹੋਣ ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਗੁਰੂ ਹਰਗੋਬਿੰਦ ਸਾਹਿਬ ਗੁਰੂ ਤੇਗ ਬਹਾਦਰ ਅਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਜਿਵੇਂ ਅਰਦਾਸ ਕਰਦਾ ਹੈ ਉਸ ਵੇਲੇ ਦੀ ਵਾਰ ਤੁਹਾਡੀ ਸੇਵਾ ਵਿੱਚ ਹੇ ਬਿਆਨ ਹੋਈ
पातशाह जी नवा जन्म लैके छे में पातशाह जी कटे बोला नू असी उगा देंगे रौनका इथे लगा देंगे गंज शहीद बना देंगे
ਨੂੰ ਟਕਸਾਲ ਦਾ ਮੁਖੀ ਮਗਰੋਂ ਨੂਰ ਝੋਲੀ ਵਿੱਚ ਬਰਕਤਾਂ ਪਾ ਦਿਆਂਗੇ ਹਾਂ ਜਿਹੜਾ ਬਣੂ ਟਕਸਾਲ ਦਾ ਮੁਖੀ ਮਗਰੋਂ ਮੁਖੀ ਮਗਰੋਂ ਜਿਹੜਾ ਬਣੂ ਟਕਸਾਲ ਦਾ ਮੁਖੀ ਮਗਰੋਂ ਨੂਰ ਝੋਲੀ ਵਿੱਚ ਬਰਕਤਾਂ ਪਾ ਦਿਆਂਗੇ ਨੂਰ ਝੋਲੀ ਵਿੱਚ ਬਰਕਤਾਂ ਪਾ ਦਿਆਂਗੇ ਨੂਰ ਝੋਲੀ ਵਿੱਚ ਬਰਕਤਾਂ ਪਾ ਦਿਆਂਗੇ ਹੋ ਹੋ ਇਹਨਾਂ ਸ਼ਬਦਾਂ ਰਾਹੀਂ ਆਪ ਸਾਰੀ ਸੰਗਤ ਦਾ ਬਹੁਤ 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 ਧੰਨਵਾਦ। ਹੁਣੇ ਹੁਣੇ ਇੱਕ ਸਟੇਜ 'ਤੇ ਸੂਚਨਾ ਆਈ ਹੈ, ਇੱਕ ਵੀਰ ਜੀ ਦਾ ਪਰਸ ਅਤੇ ਮੋਬਾਈਲ ਗੁੰਮ ਗਏ ਨੇ, ਜੇ ਮਿਲੇ ਤਾਂ ਸਟੇਜ 'ਤੇ ਭੇਜ ਦਿਓ। ਅੱਗੇ ਵੀ 5-6 ਪਰਸ ਇੱਥੇ ਪਏ ਹੈ, ਜਿਨ੍ਹਾਂ ਦੇ ਆਏ ਨੇ ਉਹ ਆਪਣੀ ਪਹਿਚਾਣ ਦੱਸ ਕੇ ਲੈ ਜਾਓ ਅਤੇ ਜਿਨ੍ਹਾਂ ਦੇ ਹੋਰ ਮਿਲਣ ਉਹ ਸਟੇਜ 'ਤੇ ਪਹੁੰਚਦੇ ਕਰ ਦਿਓ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਦਮਦਮੀ ਟਕਸਾਲ ਦੇ ਸਾਰੇ ਵਿਦਿਆਰਥੀ, ਸਾਰੇ ਸਿਖਿਆਰਥੀ ਜਿਹੜੇ ਗੁਰਮਤਿ ਦੀ ਵਿੱਦਿਆ ਹਾਸਲ ਇੱਥੋਂ ਕਰ ਰਹੇ ਨੇ, ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਸਾਰੇ ਵਿਦਵਾਨਾਂ ਦਾ, ਕਥਾ ਵਾਚਕਾਂ ਦਾ, ਗੁਰੂ ਘਰ ਦੇ ਕੀਰਤਨੀਆਂ ਅਤੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮਹਿਤਾ ਨਗਰ ਦੀ ਸਮੁੱਚੀ ਸੰਗਤ, ਸਾਰੇ ਇਲਾਕਾ ਨਿਵਾਸੀਆਂ ਨੇ ਬੜਾ ਸਹਿਯੋਗ ਦਿੱਤਾ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ। ਜਿੰਨੇ ਵੀਰ ਇੱਥੇ ਮੀਡੀਆ ਵਾਲੇ ਪਹੁੰਚੇ ਨੇ, ਮੈਂ ਉਹਨਾਂ ਦਾ ਵੀ ਟਕਸਾਲ ਵੱਲੋਂ ਧੰਨਵਾਦ ਕਰਦਾ ਹਾਂ। ਇਹ ਜਿਹੜਾ ਗੁਰਮੁਖ ਸਾਊਂਡ ਮੰਗਾਇਆ ਹੈ ਨਾ ਬਾਬਾ ਜੀ ਨੇ ਇੱਥੇ, ਇਹਨਾਂ ਤਾਂ ਜਵਾਨਾਂ ਨੇ ਕਮਾਲ ਕਰ ਦਿੱਤੀ ਹੈ ਗੁਰੂ ਮਹਾਰਾਜ ਇਹਨਾਂ ਦੀ। ਵਾਕਿਆ ਹੀ ਜੇ ਨਾਂ ਗੁਰਮੁਖ ਸਾਊਂਡ ਹੈ ਨਾ, ਅਤੇ ਗੁਰਮੁਖਾਂ ਵਾਲਾ ਕੰਮ ਹੀ ਤੁਸੀਂ ਭਗਤਾਇਆ ਹੈ। ਗੁਰੂ ਮਹਾਰਾਜ ਸ਼ਹੀਦ ਸਿੰਘ ਇਹਨਾਂ ਦੀ ਸੇਵਾ ਵੀ ਆਪਣੇ ਦਰ ਪ੍ਰਵਾਨ ਕਰਨ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਹ ਸੂਰਬੀਰ ਬਹਾਦਰ ਬਾਬਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਂਪੁਰਸ਼ਾਂ ਦੇ ਸਾਰੇ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਨੇ। ਮੇਰੇ ਵੱਡੇ ਵੀਰ ਭਾਈ ਕੇਵਲ ਸਿੰਘ ਜੀ ਕੋਮਲ ਸਾਹਿਬ, ਉਹਨਾਂ ਨੇ ਆਪਣੇ ਛੋਟੇ ਵੀਰਾਂ ਦਾ ਮਾਣ ਕਰਦਿਆਂ ਸਤਿਕਾਰ ਭੇਜਿਆ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਗਲਾ ਪ੍ਰੋਗਰਾਮ ਦਮਦਮੀ ਟਕਸਾਲ ਦੇ ਸਤਿਕਾਰਯੋਗ ਕਥਾਵਾਚਕ ਅਤੇ ਉੱਚ ਕੋਟੀ ਦੇ ਪ੍ਰਚਾਰਕ ਭਾਈ ਪਰਮਿੰਦਰਪਾਲ ਸਿੰਘ ਜੀ ਤੁਹਾਨੂੰ ਅਗਲਾ ਪ੍ਰੋਗਰਾਮ ਦੱਸਣਗੇ, ਉਹਨਾਂ ਪਾਸੋਂ ਸਰਵਣ ਕਰੋ। ਜੇ ਕਿਸੇ ਭੈਣ ਭਰਾ ਨੇ ਸਾਡੇ ਢਾਡੀ ਜਥੇ ਦਾ ਫੋਨ ਨੰਬਰ ਜਾਂ ਕਾਰਡ ਲੈਣਾ ਹੋਵੇ ਮੇਰੇ ਸਾਥੀਆਂ ਕੋਲੋਂ ਲੈ ਲੈਣਾ। ਤੁਹਾਡੇ ਕਦੇ ਸ਼ਹੀਦਾਂ ਦਾ ਕੋਈ ਸਮਾਗਮ ਜਾਂ ਗੁਰੂਆਂ ਦਾ ਗੁਰਪੁਰਬ ਹੋਵੇ ਸਾਨੂੰ ਯਾਦ ਕਰਿਓ, ਅਸੀਂ ਤੁਹਾਡੀ ਖੁਸ਼ੀ ਅਤੇ ਰੌਣਕਾਂ ਨੂੰ ਚਾਰ ਚੰਨ ਲਾਉਣ ਵਾਸਤੇ ਗੁਰੂ ਦੀ ਕਿਰਪਾ ਦੁਆਰਾ ਤੁਹਾਡੇ ਜੋੜੇ ਝਾੜਨ ਵਾਸਤੇ ਜ਼ਰੂਰ ਪਹੁੰਚਾਂਗੇ। ਭੁੱਲਾਂ ਚੁੱਕਾਂ ਦੀ ਖੁਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾ ਕੇ ਅਸੀਂ ਤੁਹਾਡੇ ਕੋਲੋਂ ਆਗਿਆ ਚਾਹੁੰਦੇ ਹਾਂ। ਆਗਿਆ ਬਖਸ਼ੋ ਅਤੇ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਨਿਰਮਲ ਸਿੰਘ ਜੀ ਨੂਰ ਦੇ ਢਾਡੀ ਜਥੇ ਦਾ, ਜਿਨ੍ਹਾਂ ਨੇ ਦਮਦਮੀ ਟਕਸਾਲ